ਗੋਗਾ ਮੇੜੀ ਜਾ ਰਹੇ 8 ਸ਼ਰਧਾਲੂਆਂ ਦੀ ਹੋਈ ਮੌਤ। ਰਸਤੇ 'ਚ ਜਾਂਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਧਾਰਮਿਕ ਸਥਾਨ ਗੋਗਾ ਮੇੜੀ ਜਾ ਰਹੇ ਸ਼ਰਧਾਲੂਆਂ ਦੇ ਨਾਲ ਵੱਡਾ ਹਾਦਸਾ ਹੋ ਜਾਂਦਾ ਹੈ, ਜਿਸ ਦੇ ਵਿੱਚ 8 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 8 ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਇਹ ਆਪਣੇ ਆਪਣੇ ਪਿੰਡਾਂ ਤੋਂ ਚੱਲੇ ਸੀ ਅਤੇ ਰਾਜਸਥਾਨ ਦੇ ਵਿੱਚ ਸਥਿਤ ਗੋਗਾ ਮੇੜੀ 'ਤੇ ਮੱਥਾ ਟੇਕਣ ਜਾ ਰਹੇ ਸੀ। ਤਾਂ ਰਸਤੇ ਦੇ ਵਿੱਚ ਟਰੱਕ ਦੇ ਨਾਲ ਇਹਨਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 8 ਗੰਭੀਰ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਤਾਂ ਜਿਵੇਂ ਹੀ ਇਸ ਸੰਬੰਧੀ ਸੂਚਨਾ ਪਰਿਵਾਰ ਨੂੰ ਲੱਗਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਅਤੇ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਪਰਿਵਾਰਕ ਮੈਂਬਰ ਪਹੁੰਚੇ ਨੇ ਅਤੇ ਆਪਣੇ ਪਰਿਵਾਰ ਦੇ ਮ੍ਰਿਤਕ ਜੀ ਨੂੰ ਵੇਖ ਕੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ, ਜਿਸ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਵਿੱਚ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਮਾਮਲਾ ਕੁਰੂਕਸ਼ੇਤਰ ਤੋਂ ਸਾਹਮਣੇ ਆਇਆ, ਜਿੱਥੇ ਹਾਦਸੇ ਤੋਂ ਬਾਅਦ ਹਰਿਆਣਾ ਸਰਕਾਰ ਨੇ ਪੀੜਿਤ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ। ਤਾਂ ਦਰਦਨਾਕ ਹਾਦਸਾ ਹੋਇਆ ਜਿੱਥੇ ਲੋਕ ਇੱਕ ਟਰੈਵਲਰ ਦੇ ਵਿੱਚ ਬੈਠ ਕੇ ਗੋਗਾ ਮੇੜੀ ਦੇ ਦਰਸ਼ਨ ਕਰਨ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਇੱਕ ਟਰੱਕ ਦੇ ਨਾਲ ਇਹਨਾਂ ਦੀ ਟੱਕਰ ਹੋਈ ਹੈ, ਜਿਸ ਕਾਰਨ 8 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ। ਬੋਲੇ ਵਾਹ ਹਾਦਸਾ ਹੋ ਗਿਆ, ਤੋ ਟਰੱਕ ਪਿਕਅਪ ਔਰ ਉਸਕਾ ਟਰੱਕ ਕਾ ਐਕਸੀਡੈਂਟ ਬਤਾਇਆ ਗਿਆ ਥਾ, ਜੋ ਕਿ ਉੱਪਰ ਸੇ ਪੁਲ ਆਈ ਥੀ ਔਰ ਹਮ ਮੈਂ ਫੋਨ ਵਹੀ ਪੇ ਪਹੁੰਚਾ ਤੋ ਮੈਨੇ ਜਾ ਕੇ ਦੇਖਾ ਤੋ ਬਹੁਤ ਜ਼ਿਆਦਾ ਪੇਸ਼ੈਂਟ ਸੀਰੀਅਸ ਥੇ ਔਰ ਬਹੁਤ ਜ਼ਿਆਦਾ ਪੇਸ਼ੈਂਟ ਥੇ, ਤੋ ਮੈਨੇ ਫਿਰ 3-4 ਗਾੜੀਆਂ ਔਰ ਬੁਲਾਈ, ਹਮਨੇ 4-5 ਗਾੜੀਓ ਕੇ ਸਾਥ ਮੇਂ ਇਕੱਠਾ ਕਰਕੇ ਤੋ ਸਭੀ ਕੋ ਯਹਾਂ ਪੇ ਸਿਵਲ ਹੋਸਪਿਟਲ ਨਰਵਾਨਾ ਮੇਂ ਪਹੁੰਚਾਇਆ ਗਿਆ, ਤੋ ਵਹਾਂ ਕੋ ਉਸਕੇ ਉਪਚਾਰ ਕੇ ਲੀਏ। ਤੋ ਮੈਂ ਗਿਆ ਤੋ ਵਹਾਂ ਪੇ ਦੇਖਾ ਤੋ ਮੈਨੇ ਕਮ ਸੇ ਕਮ 7 ਬੰਦੇ ਤੋ ਵਹੀਂ ਪੇ ਐਕਸਪਾਇਰ ਹੋ ਗਏ ਥੇ ਮੌਕੇ ਪੇ ਤੁਰੰਤ, ਔਰ ਫਿਰ ਹਮ ਜੋ ਵੀ ਬਾਕੀ ਬੱਚੇ ਥੇ ਉਹ ਸਭੀ ਕੋ ਗਾਇਲ ਹੋ ਰਹੇ ਥੇ, ਉਸਕੋ ਮਾਮ ਉਠਾ ਕੇ 7-5-6 ਗਾੜੀਆਂ ਦੀ ਮਾਰੀ ਦੁਬਾਰਾ ਚੱਕਰ ਲਗਾਏ ਹੈ, ਵਾਪਸ ਗਏ ਹਾਂ ਔਰ ਫਿਰ ਦੁਬਾਰਾ ਲੈ ਕੇ ਆਏ ਹੈ, ਤੋ ਵਹਾਂ ਸੇ ਲੈ ਕੇ ਆਣੇ ਕੇ ਬਾਅਦ ਮੈਂ ਫਿਰ ਯਹਾਂ ਪੇ ਨਰਵਾਨਾ ਜੀ ਐਚ ਪਰ ਹੀ ਉਸਕਾ ਟ੍ਰੀਟਮੈਂਟ ਕਰਵਾਇਆ ਗਿਆ ਸਭੀ ਕਾ। ਕਿਤੇ ਲੋਕ ਗਾਇਲ ਹੈ ਔਰ ਕਹਾਂ ਗਾਇਲ? ਕਮ ਸੇ ਕਮ 9-10 ਲੋਕ ਗਾਇਲ ਥੇ ਔਰ 7 ਕੀ ਮੌਕੇ ਪੇ ਮੌਤ ਹੋ ਗਈ। ਕਹਾਂ ਲੈ ਗਏ ਗਾਇਲੋਂ ਕੋ? ਵੋ ਗਾਇਲੋਂ ਕੋ ਫਿਰ ਯਹਾਂ ਸੇ ਡਾਕਟਰ ਸਾਹਿਬ ਨੇ ਅਗਰੋਹਾ ਕੇ ਲੀਏ ਰੱਖ ਦਿਆ ਗਿਆ, ਤੋ ਵਹਾਂ ਫਿਰ ਗਾੜੀਆਂ 5 ਗਾੜੀਆਂ ਹਮਾਰੀ ਗਈ ਹੈ, ਤੋ 5 ਗਾੜੀਆਂ ਅਭੀ ਆਈ ਹੈ ਜੋ ਸੁਣਿਆ ਗਜਪੁਰੀ ਹੈ। ਆਸ ਪਾਸ ਜੋ ਆਪਣਾ ਹਿਸਾਰ ਚੰਡੀਗੜ੍ਹ ਹਾਈਵੇ ਹੈ ਉਸਨੂੰ ਬਿਦਰਾਣਾ ਗਾਉਂ ਕੇ ਲੱਗਦੇ ਹੀ ਹਾਈਵੇ ਪੇ ਐਕਸੀਡੈਂਟ ਹੋ ਗਿਆ ਹੈ ਟਾਟਾ ਮੈਜਿਕ ਔਰ ਟਰੱਕ ਕੇ ਬੀਚ ਮੇਂ, ਜਿਸਮੇ ਹਮਾਰੇ ਪਾਸ ਜੋ ਸਿਵਲ ਹੋਸਪਿਟਲ ਨਰਵਾਣਾ ਮੇਂ ਰਾਤ ਕੋ ਕਰੀਬ 1 ਵਜੇ ਕੇ ਆਸ ਪਾਸ ਆਏ ਹੈ, ਘਾਇਲੋਂ ਕੋ ਲੈ ਕੇ ਐਂਬੂਲੈਂਸ ਲੈ ਕੇ ਆਈ ਹੈ, ਤੋ ਉਸਮੇ 9 ਜੋ ਘਾਇਲ ਵਿਅਕਤੀ ਥੇ ਉਨਕੋ ਹਮਨੇ ਰੈਫਰ ਕਰ ਦਿਆ ਹੈ MMC ਅਗਰੋਹਾ ਪ੍ਰਾਥਮਿਕ ਉਪਚਾਰ ਦੇਣੇ ਕੇ ਬਾਅਦ, ਔਰ ਜੋ ਬਾਕੀ 7 ਜਣੇ ਥੇ ਜਿਸਮੇ ਕਿ 4 ਪੁਰਸ਼ ਹੈ ਔਰ 2 ਮਹਿਲਾ ਹੈ ਔਰ 1 ਬੱਚਾ ਹੈ, ਵੋ ਮ੍ਰਿਤ ਹੈ। ਪਤਾ ਲੱਗਾ ਸਰ ਇਹ ਸਭੀ ਲੋਕ ਕਹਾਂ ਕੇ ਰਹਿਣੇ ਵਾਲੇ ਥੇ? ਇਹ ਬਤਾਇਆ ਜਾ ਰਿਹਾ ਹੈ ਕਿ ਕੁਛ ਲੋਕ ਕੁਰੂਕਸ਼ੇਤਰ ਕੇ ਆਸ ਪਾਸ ਕੇ ਬਤਾਏ ਜਾ ਰਹੇ ਹੈ, ਇੱਕ ਕਰਨਾਲ ਕੇ ਵੀ ਹੈ। ਕਹਾਂ ਜਾ ਰਹੇ ਥੇ? ਇਹ ਗੁੱਗਾ ਮੇੜੀ ਬਤਾ ਰਹੇ ਹੈ, ਗੁੱਗਾ ਮੇੜੀ ਜਾ ਰਹੇ ਹੈ।